ਲੋਕ ਸਭਾ ਸਾਂਸਦ ਤੇ ਬਾਲੀਵੁੱਡ ਅਦਾਕਾਰ ਸਨੀ ਦਿਓਲ 3 ਦਿਨ ਦੇ ਦੌਰੇ ਤੇ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਆਏ ਹੋਏ ਨੇ, ਜਿਸ ਦੇ ਚਲਦੇ ਉਹ ਵੱਖ ਵੱਖ ਇਲਾਕਿਆਂ 'ਚ ਜਨ ਸਭਾਵਾਂ ਨੂੰ ਸੰਬੋਧਿਤ ਵੀ ਕਰ ਰਹੇ ਨੇ। ਪਠਾਨਕੋਟ ਦੇ ਹਲਕਾ ਸੁਜਾਨਪੁਰ 'ਚ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਦੇ ਬੋਲ ਕੁਝ ਵਿਗੜੇ ਵਿਗੜੇ ਨਜ਼ਰ ਆਏ। ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਨੀ ਦਿਓਲ ਨੇ ਕਿਹਾ, ਤੁਸੀਂ ਸਾਰੇ ਜਾਣਦੇ ਹੋ ਜਿਹਨੂੰ ਕੁਟਾਪਾ ਕਰਨਾ ਤਾਂ ਮੇਰੇ ਤੋਂ ਵੱਡਾ ਕੋਈ ਨਹੀਂ। ਅਸੀਂ ਜਿਹਨੂੰ ਚੱਕਣਾ ਚੱਕ ਦਿੰਦੇ ਹਾਂ, ਪਰ ਮੈਂ ਚਾਹੁੰਦਾ ਕਿ ਹਰ ਕੰਮ ਪਿਆਰ ਨਾਲ ਹੋਵੇ, ਕਿਉਂ ਕਿਸੇ ਨੂੰ ਸੱਟ ਦੇਣੀ। ਤੁਸੀਂ ਸਾਰੇ ਜਾਣਦੇ ਹੋ ਕਿ ਜਦ ਕਿਹਦਾ ਕੁਟਾਪਾ ਕਰਨਾ ਤਾਂ ਮੇਰੇ ਤੋਂ ਬੜਾ ਕੋਈ ਹੋਰ ਬੰਦਾ ਹੈ ਨਹੀਂ, ਤਾਂ ਅਸੀਂ ਜਦ ਚੱਕਣਾ ਹੁੰਦਾ ਚੱਕ ਦਿੰਦੇ ਹਾਂ, ਲੇਕਿਨ ਅਸੀਂ ਚਾਹੁੰਦੇ ਹਾਂ ਹਰ ਚੀਜ਼ ਪਿਆਰ ਨਾਲ ਹੋਵੇ, ਕਿਉਂਕਿ ਕਿਉਂ ਆਪਾਂ ਕਿਹਨੂੰ ਸੱਟ ਦੇ। ਅਤੇ ਜਿਵੇਂ ਇਹਨਾਂ ਨੇ ਕਿਹਾ, ਇੱਥੇ ਤੁਹਾਡੀਆਂ ਮੰਗਾਂ ਹੈਗੀਆਂ, ਜਿਵੇਂ ਮੈਨੂੰ ਸਾਰੇ ਕੁਛ ਦੱਸ ਰਹੇ ਹਾਂ, ਨਾਲੇ ਤੁਹਾਨੂੰ ਦੱਸਿਆ ਵੀ ਹੈ ਕਿ ਮੈਂ ਕਾਫ਼ੀ ਕੁਛ ਕਰ ਚੁੱਕਿਆ, ਅਤੇ ਮੈਂ ਇੱਦਾਂ ਹੀ ਅੱਗੇ ਵੀ ਸਾਰੇ ਕੰਮ ਕਰਦੇ ਰਹਾਂਗਾ, ਕਿਉਂਕਿ ਮੈਂ ਚਾਹੁੰਦਾ, ਮੈਂ ਨਹੀਂ ਚਾਹੁੰਦਾ ਕਿ ਕਿਹੜੀ ਪਾਰਟੀ ਹੈ, ਮੈਂ ਚਾਹੁੰਦਾ ਕਿ ਆਪਣਾ ਜਿਹਨੇ ਆ ਦੇਸ਼ ਆਪਣਾ, ਸਾਰੇ ਬੰਦੇ ਆਪਣੇ ਆ, ਕੋਈ ਪਾਰਟੀ ਦੇ ਨਹੀਂ ਹੈ। ਅਤੇ ਜਦ ਵੀ ਕੋਈ ਕੰਮ ਹੋਵੇ ਉਹ ਬੰਦਿਆਂ ਲਈ ਹੋ ਰਿਹਾ, ਕੋਈ ਪਾਰਟੀ ਲਈ ਨਹੀਂ ਹੋ ਰਿਹਾ। ਮੈਂ ਤਾਂ ਇਹ ਸੋਚ ਕੇ ਹਮੇਸ਼ਾ ਕੰਮ ਕਰਦਾ। ਉਹ ਗੱਲ ਦੂਜੀ ਹੈ ਕਿ ਅਸੀਂ ਅੱਡ ਪਾਰਟੀ ਦੇ ਹਾਂ, ਬਾਕੀ ਅੱਡ ਪਾਰਟੀ ਦੇ ਹਾਂ, ਲੇਕਿਨ ਜਦ ਅਸੀਂ ਇੱਥੇ ਜਿੱਤਾਂਗੇ ਵੀ ਤਾਂ ਆਪਾਂ ਦੂਜੀ ਪਾਰਟੀ ਨੂੰ ਤੰਗ ਨਹੀਂ ਕਰਾਂਗੇ, ਆਪਾਂ ਕੰਮ ਕਰਾਂਗੇ। ਹਿੰਦੁਸਤਾਨ ਜ਼ਿੰਦਾਬਾਦ ਹੈ ਔਰ ਹਿੰਦੁਸਤਾਨ ਜ਼ਿੰਦਾਬਾਦ ਰਹੇਗਾ। ਸਨੀ ਦਿਓਲ ਦੇ ਇਹਨਾਂ ਬੋਲਾਂ ਦੀ ਕਾਂਗਰਸ ਨੇ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਪਠਾਨਕੋਟ ਦੇ ਹਲਕਾ ਭੋਆ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ, ਕੋ ਸਨੀ ਦਿਓਲ ਜੋ ਵੀ ਕੁਛ ਕਹਿ ਰਿਹਾ, ਉਹ ਵਿਚਾਰਾ ਇੱਕ ਪਿਕਚਰਾਂ ਬਣਾਉਣ ਵਾਲਾ ਕਿ ਹੀਰੋ ਹੈ, ਉਹ ਆਪਣੇ ਸਾਹਮਣੇ ਜੋ ਕਹਿ ਰਿਹਾ ਠੀਕ ਕਹਿ ਰਿਹਾ, ਪਰ ਜੋ ਪ੍ਰੈਕਟੀਕਲ ਦੇ ਵਿੱਚ ਰਾਜਨੀਤਿਕ ਨੇ ਜੋ ਕੰਮ ਕਰਨਾ ਹੁੰਦਾ ਉਹਦੇ ਵਿੱਚ ਉਹ ਵਿਚਾਰਾ ਅਨਫਿਟ ਹੈ। ਔਰ ਮੈਂ ਗੱਲ ਕਹਿਣਾ ਚਾਹੁੰਦਾ, ਜਿਹੜੇ BJP ਵਾਲੇ ਲੋਕ ਹੈ ਉਹਨਾਂ ਨੂੰ ਕਹੋ ਵੀ ਇਹਨੂੰ ਥੋੜ੍ਹੀ ਜਿਹੀ ਕਲਾਸ ਲਗਾਏ, ਇੱਕ ਰਾਜਨੀਤਿਕ ਕਲਾਸ ਲੱਗਦੀ ਹੈ, ਉਹਨੂੰ ਉਹ ਕਲਾਸ ਲਾਏ, ਫਿਰ ਦੇਸ਼ ਦੇ ਪ੍ਰਤੀ, ਸੂਬੇ ਦੇ ਪ੍ਰਤੀ, ਆਪਣੇ ਪਾਰਲੀਮੈਂਟ ਹਲਕੇ ਦੇ ਪ੍ਰਤੀ ਉਹਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਕੰਮ ਕਿਹੜੇ ਕਰਨ ਵਾਲੇ, ਕਿੱਥੇ ਨਹੀਂ ਕਰਨ ਵਾਲੇ। ਇਤਫਾਕ ਕਰਕੇ ਮੈਂ ਕਿਤੇ ਬਾਹਰ ਸੀ, ਅਗਰ ਮੈਂ ਆਪਣੇ ਹਲਕੇ ਦੇ ਵਿੱਚ ਹੁੰਦਾ, ਦੇਖੋ ਉਹ ਓਨਲੀ ਫਾਰ ਸਨੀ ਦਿਓਲ ਜਿਹੜਾ ਇਹ BJP ਦਾ MP ਨਹੀਂ ਹੈਗਾ, ਉਹ ਇੱਕ ਸਾਂਝਾ ਉਮੀਦਵਾਰ ਹੈ, ਉਹ ਸਾਰਿਆਂ ਦੇ MP ਹੈ। ਜਦੋਂ ਬੰਦਾ ਜਿੱਤ ਜਾਂਦਾ ਉਸ ਵੇਲੇ ਉਹ ਕੋਈ ਪਰਸਨਲ ਇੱਕ ਬੰਦੇ ਦਾ ਨਹੀਂ ਰਹਿੰਦਾ, ਮੈਂ ਉਹਦੀ ਸਟੇਜ 'ਤੇ ਜਾ ਕੇ ਮੈਂ ਉਹਦੇ ਨਾਲ ਗੱਲ ਕਰਦਾ ਵੀ ਮੇਰੇ ਹਲਕੇ ਦੇ ਵਿੱਚ ਇਹ ਮੁਸ਼ਕਲਾਂ ਹਨ। ਅੱਜ ਮੈਨੂੰ 3 ਸਾਲ ਹੋ ਗਏ ਸਰਕਾਰ ਦੇ ਵਿੱਚ ਬਣਿਆ ਹੋਇਆ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਮੈਂ 3 ਸਾਲ ਦੇ ਵਿੱਚ ਕਿਸੇ ਨਾਲ ਭੇਦਭਾਵ ਨਹੀਂ ਕੀਤਾ, ਚਾਹੇ ਕੋਈ BJP ਦਾ ਸਰਪੰਚ ਆ ਗਿਆ, ਚਾਹੇ ਕਾਂਗਰਸ ਦਾ ਆ ਗਿਆ, ਚਾਹੇ ਕਿਸੇ ਵੀ ਪਾਰਟੀ ਦਾ ਆ ਗਿਆ, ਮੈਂ ਸਾਰਿਆਂ ਨੂੰ ਇੱਕ ਸਮਾਨ ਸਮਝ ਕੇ ਸਾਰਿਆਂ ਨੂੰ ਫੰਡ ਦਿੱਤਾ। ਅਤੇ ਮੈਂ ਤੁਹਾਡੀ ਕੇਵਲ ਰਾਜ ਸਨੀ ਦਿਓਲ ਜੀ ਨੂੰ ਇਹ ਗੱਲ ਕਹਿਣਾ ਚਾਹੁੰਦਾ, ਤੁਸੀਂ ਵੀ ਮੇਰੇ ਪਾਰਲੀਮੈਂਟ ਹਲਕੇ ਦੇ MP ਹੋ, ਤੁਹਾਡੇ ਕੋਲ ਜਿੰਨਾ ਫੰਡ ਹੈ ਉਹ ਸਾਰਾ ਫੰਡ ਮੈਨੂੰ ਮੇਰੇ ਹਲਕੇ ਦਾ ਮੈਨੂੰ ਫੰਡ ਦਿਓ, ਬਿਲਕੁਲ ਭੇਦਭਾਵ ਨਹੀਂ ਕਰਾਂਗਾ ਕਿਸੇ ਨਾਲ ਵੀ, ਤੁਹਾਡੇ ਜਿਹੜਾ ਫੰਡ ਹੈ ਉਹਦਾ ਬਿਲਕੁਲ ਯੂਟੀਲਾਈਜ਼ ਜਿਹੜਾ ਇੱਕ ਸਹੀ ਤਰੀਕੇ ਦੇ ਨਾਲ, ਜੋ ਜਿੱਥੇ ਜਿੱਥੇ ਫੰਡ ਲੱਗਣਾ ਚਾਹੀਦਾ ਉਹ ਮੈਂ ਫੰਡ ਲਾਉਣ ਨੂੰ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ ਪਟਿਆਲਾ ਪੰਜਾਬ।